ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਇਸ ਵੀਡੀਓ 'ਚ ਆਪਾਂ ਤੁਹਾਨੂੰ ਘੋੜਾ ਦਿਖਾਉਣਾ ਸੁਰਜਣ। ਕਈ ਦੋਸਤ ਸਮਝ ਗਏ ਹੋਣੇ ਆ ਸੁਰਜਣ ਬਾਰੇ, ਜਿਹੜੇ ਸੁਰਜਣ ਨੂੰ ਜਾਣਦੇ ਆ ਉਹ ਯੈਸ ਕਰਕੇ ਕਮੈਂਟ ਜ਼ਰੂਰ ਕਰਨ, ਕਿਉਂਕਿ ਸੁਰਜਣ ਦੀ ਕਹਾਣੀ ਕੁਝ ਸਮਾਂ ਪਹਿਲਾਂ ਆਪਾਂ ਆਪਣੇ ਚੈਨਲ 'ਤੇ ਜ਼ਰੂਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਵੇਂ ਆਪਾਂ ਘੋੜਾ ਲੈ ਕੇ ਆਏ, ਕਿਵੇਂ ਆਪਾਂ ਇਹ ਤਿਆਰ ਕੀਤਾ। ਅਤੇ ਹੁਣ ਮੈਨੂੰ ਕਈ ਵਾਰ ਬੜੇ ਦੋਸਤਾਂ ਦੇ ਫੋਨ ਮੈਸੇਜ ਆ ਜਾਂਦੇ ਆ, ਬਈ ਸੁਰਜਣ ਦੇ ਕੀ ਹਾਲ ਆ, ਕਿਉਂਕਿ ਸੁਰਜਣ ਦੀ ਆਪਾਂ ਸਾਰੀ ਵੀਡੀਓ ਜਿਹੜੀ ਉਹ ਅਪਲੋਡ ਕੀਤੀ ਸੀ ਕਿ ਹੁਣ ਸੁਰਜਣ ਕਿੱਥੇ ਚਲਿਆ ਗਿਆ। ਸੁਰਜਣ ਜਦ ਸਭ ਤੋਂ ਪਹਿਲਾਂ ਆਪਾਂ ਲੈ ਕੇ ਆਏ ਸੀ ਇਹ ਮੁਕਤਸਰ ਮੰਡੀ ਦੇ ਉੱਪਰੋਂ, ਉਦੋਂ ਥੋੜ੍ਹਾ ਜਿਹਾ ਹਰਖੀਲਾ ਘੋੜਾ ਸੀ ਅਤੇ ਕਾਫੀ ਜ਼ਿਆਦਾ ਕਮਜ਼ੋਰ ਸੀ ਸਰੀਰ ਤੋਂ, ਸੰਭ ਵਗੈਰਾ ਟੁੱਟੇ ਪਏ ਸੀ। ਵੈਸੇ ਤਾਂ ਉਦੋਂ ਇਹਦੀ ਮੈਂ ਟਾਈਮ ਟੂ ਟਾਈਮ ਵੀਡੀਓਜ਼ ਪਾਉਂਦਾ ਰਿਹਾ, ਪਰ ਫਿਰ ਵੀ ਜਦੋਂ ਜਿਹੜੇ ਸਾਡੇ ਬਾਈ ਸਤੀਸ਼ ਜੀ ਨੇ ਟੂਨੀ ਸ਼ਹਿਰ ਤੋਂ ਆਂਧਰਾ ਪ੍ਰਦੇਸ਼ ਤੋਂ ਇਹ ਮੈਨੂੰ ਟਾਈਮ ਟੂ ਟਾਈਮ ਵੀਡੀਓਜ਼ ਜਿਹੜੀਆਂ ਸੁਰਜਣ ਦੀਆਂ ਰਾਈਡਿੰਗ ਦੀਆਂ ਪਾਉਂਦੇ ਰਹਿੰਦੇ, ਮੈਨੂੰ ਬਹੁਤ ਖੁਸ਼ੀ ਮਿਲਦੀ ਆ ਜਦੋਂ ਕਿ ਆਪਾਂ ਇੱਕ ਚੰਗੇ ਹਾਰਸ ਲਵਰ ਨੂੰ ਕੋਈ ਚੀਜ਼ ਦਿੰਦੇ ਹਾਂ ਅਤੇ ਉਹਦੀ ਕੇਅਰ ਬਹੁਤ ਵਧੀਆ ਤਰੀਕੇ ਨਾਲ ਕਰਦਾ, ਤਾਂ ਆਪਣੀ ਖੁਸ਼ੀ 'ਚ ਹੋਰ ਵੀ ਵਾਧਾ ਹੋ ਜਾਂਦਾ ਕਿ ਮੈਂ ਆਪਣਾ ਜਾਨਵਰ ਕਿਸੇ ਚੰਗੇ ਇਨਸਾਨ ਨੂੰ ਦਿੱਤਾ। ਬਹੁਤ ਖੁਸ਼ੀ ਹੁੰਦੀ ਆ। ਸੁਰਜਣ ਵਾਸਤੇ ਤਕਰੀਬਨ ਬਹੁਤ ਸੋਹਣਾ ਕਮਰਾ ਬਣਾਇਆ ਹੋਇਆ, ਇਹਨੂੰ ਵੀਰ ਮੈਨੂੰ ਸਤੀਸ਼ ਦੱਸਦਾ ਹੁੰਦਾ ਤਾਂ ਕਿ ਇਹਨੂੰ ਮੈਂ ਖੁੱਲ੍ਹਾ ਛੱਡ ਦੇਣਾ, ਆਪਣੇ ਆਪ ਹੀ ਇਹ ਜਿਹੜਾ ਵਾਪਸ ਆ ਜਾਂਦਾ। ਆਹ ਦੇਖੋ ਹੁਣ ਇਹ ਪੰਜਾਬ ਦੀ ਧਰਤੀ 'ਤੇ ਜੰਮਿਆ ਪਲਿਆ ਸੀ, ਇੱਥੇ ਤਿਆਰ ਹੋਇਆ ਅਤੇ ਹੁਣ ਨਜ਼ਾਰੇ ਲੈਂਦਾ ਫਿਰਦਾ ਇਹ ਸਮੁੰਦਰ ਦੇ, ਬਿਲਕੁਲ ਸਮੁੰਦਰ ਦੇ ਨੇੜੇ ਆ। ਅਤੇ ਉੱਥੇ ਵੀਰ ਰਾਈਡਿੰਗ ਬਹੁਤ ਲੰਮੀ ਰਾਈਡ 'ਤੇ ਲੈ ਕੇ ਜਾਂਦਾ ਘੋੜੇ ਨੂੰ, ਅਤੇ ਉਹਨਾਂ ਦਾ ਮੈਂ ਇੱਕ ਵੋਇਸ ਨੋਟ ਵੀ ਲਾਊਂਗਾ ਜੋ ਉਹਨਾਂ ਨੇ ਆਪਾਂ ਨੂੰ ਭੇਜਿਆ। ਵੀਰ ਸਿਰਫ ਇੰਗਲਿਸ਼ ਹੀ ਸਮਝਦੇ ਆ, ਹਿੰਦੀ ਜਾਂ ਪੰਜਾਬੀ ਨਹੀਂ ਸਮਝਦੇ, ਪਰ ਫਿਰ ਵੀ ਮੈਂ ਸੋਚਿਆ ਕਿ ਸੁਰਜਣ ਦੀ ਅਪਡੇਟ ਆਪਣੇ ਦੋਸਤਾਂ ਨੂੰ ਜ਼ਰੂਰ ਦਿੱਤੀ ਜਾਵੇ। ਅਤੇ ਸਤੀਸ਼ ਨੇ ਮੈਨੂੰ ਇਹ ਵੀ ਦੱਸਿਆ ਉਸ ਤੋਂ ਪਹਿਲਾਂ ਇੱਕ ਵਾਰ ਘੋੜਾ ਲੈਣ ਆਏ ਸੀ ਮੁਕਤਸਰ ਮੇਲੇ ਵੇਲੇ, ਉਦੋਂ ਇਹਨਾਂ ਨਾਲ ਠੱਗੀ ਹੋ ਗਈ ਸੀਗੀ। ਠੱਗੀ ਵੀ ਹੋਈ ਕਿ ਇਹਨਾਂ ਦੇ ਪੈਸੇ ਵੀ ਉਦੋਂ ਮਤਲਬ ਚੋਰੀ ਹੋ ਗਏ ਸੀ, ਕੱਢ ਲਏ ਗਏ, ਉਦੋਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹਨਾਂ ਨੂੰ। ਅਤੇ ਜਦੋਂ ਇਹਨਾਂ ਨੇ ਆ ਕੇ ਮੈਨੂੰ ਸਾਰੀ ਗੱਲਬਾਤ ਦੱਸੀ, ਮੈਂ ਕਿਹਾ ਤੁਹਾਨੂੰ ਘੋੜਾ ਆਪਾਂ ਜ਼ਰੂਰ ਦੇਵਾਂਗੇ, ਕਿਉਂਕਿ ਜਦੋਂ ਵੀ ਕੋਈ ਬਾਹਰਲੀ ਸਟੇਟ ਦਾ ਬੰਦਾ ਆਪਣੇ ਕੋਲ ਆਉਂਦਾ ਤਾਂ ਆਪਾਂ ਪੂਰੀ ਸਟੇਟ ਨੂੰ ਇੱਕ ਤਰ੍ਹਾਂ ਰੀਪ੍ਰਜੈਂਟ ਕਰਦੇ ਹੁੰਦੇ ਹਾਂ। ਇਸ ਕਰਕੇ ਜਦੋਂ ਵੀ ਕੋਈ ਬਾਹਰੀ ਸਟੇਟ ਦਾ ਬੰਦਾ ਆਪਣੇ ਪੰਜਾਬ 'ਚ ਜਾਨਵਰ ਲੈਣ ਆਵੇ ਤਾਂ ਬਾਈ ਚੰਗੀ ਚੀਜ਼ ਦਿਆ ਕਰੋ, ਚੰਗੇ ਲਿੰਕ ਬਣਦੇ ਆ, ਕਿਉਂਕਿ ਜੇ ਆਪਾਂ ਮਾੜੀ ਚੀਜ਼ ਦੇਵਾਂਗੇ ਉਹ ਬੰਦਾ ਸਾਰਿਆਂ ਨੂੰ ਹੀ ਸਮਝਦਾ ਵੀ ਸ਼ਾਇਦ ਸਾਰੀ ਸਟੇਟ ਹੀ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਇਹ। ਇਸ ਕਰਕੇ ਘੋੜੇ ਵਾਲਿਆਂ ਦੇ ਆਪਾਂ ਦੇਖਿਆ ਵੀ ਪਰਿਵਾਰਕ ਰਿਲੇਸ਼ਨ ਬਣ ਜਾਂਦੇ ਆਪਸ 'ਚ, ਵੀ ਚੰਗੀ ਤਰ੍ਹਾਂ ਵਰਤਣ ਲੱਗ ਜਾਂਦੇ ਇੱਕ ਦੂਜੇ ਦੇ ਨਾਲ, ਘੋੜੇ ਵਾਲਿਆਂ ਦਾ ਆਪਸੀ ਮੋਹ ਬਹੁਤ ਹੁੰਦਾ। ਅਤੇ ਬਾਕੀ ਖੁਸ਼ੀ ਮੈਨੂੰ ਯਾਰ ਬਹੁਤ ਹੁੰਦੀ ਹੈ ਕਿ ਮੈਂ ਇੱਕ ਇੰਨੇ ਚੰਗੇ ਹਾਰਸ ਲਵਰ ਨੂੰ ਘੋੜਾ ਦਿੱਤਾ ਆਪਦਾ, ਜਿਹੜਾ ਬਹੁਤ ਜ਼ਿਆਦਾ ਦਿਲੋਂ ਕੇਅਰ ਕਰਦਾ ਇਸ ਘੋੜੇ ਦੀ। ਇਸ ਵਾਰ ਵੀ ਵੀਰੋ ਨੇ ਮੁਕਤਸਰ ਮੰਡੀ 'ਤੇ ਆਏ ਸੀ ਅਤੇ ਕਈ ਸਵਾਰੀ ਵਾਸਤੇ ਘੋੜੇ ਲੈ ਕੇ ਗਏ ਆ, ਕਿਉਂਕਿ ਜਦੋਂ ਮੇਰੀ ਨਾ ਗੱਲਬਾਤ ਹੁੰਦੀ ਉਹ ਕਹਿੰਦੇ ਵੀ ਸਾਡੇ ਵੱਲ ਵੀ ਲਗਜ਼ਰੀ ਚੀਜ਼ ਸਮਝਿਆ ਜਾਂਦਾ ਘੋੜੇ ਨੂੰ। ਘੋੜਾ ਹੈ ਵੀ ਲਗਜ਼ਰੀ, ਪਹਿਲਾਂ ਵੀ ਲਗਜ਼ਰੀ ਸੀ ਅਤੇ ਹੁਣ ਵੀ, ਅਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਲਗਜ਼ਰੀ ਉਹ ਰਹਿਣਾ ਘੋੜੇ ਨੇ, ਭਾਵੇਂ ਕਹਿੰਦੇ ਕਿ ਇੱਕ ਬੰਦਾ ਮਰਸਡੀ 'ਤੇ ਜਾਂਦਾ ਹੋਵੇ ਅਤੇ ਇੱਕ ਪਾਸੇ ਘੋੜੇ 'ਤੇ, ਅਤੇ ਘੋੜੇ ਵਾਲੇ ਨੂੰ ਲੋਕ ਦੇਖਣਾ ਪਸੰਦ ਕਰਦੇ ਆ। ਅਤੇ ਕਹਿੰਦਾ ਜਦੋਂ ਮੈਂ ਰੋਡ ਦੇ ਉੱਪਰ ਬਾਈ ਕਹਿੰਦਾ ਘੋੜਾ ਲੈ ਕੇ ਨਿਕਲਦਾ ਤਾਂ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ, ਵੱਖਰਾ ਹੀ ਸਵਾਦ ਆਉਂਦਾ। ਅਤੇ ਰਾਈਡਿੰਗ ਵੀਰ ਕਹਿੰਦਾ ਮੈਂ ਬਹੁਤ ਲੰਮੀ ਕਰਦਾ ਨਾ ਇਹਦੇ ਉੱਪਰ, ਮੈਨੂੰ ਬਹੁਤ ਆਨੰਦ ਆਉਂਦਾ। ਅਤੇ ਵੀਰ ਨੇ ਜੋ ਮੈਨੂੰ ਫੀਡਬੈਕ ਭੇਜਿਆ ਇੱਕ ਵੋਇਸ ਨੋਟ ਦੇ ਵਿੱਚ, ਉਹ ਵੀ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਨਾ, ਅਤੇ ਸੁਣਿਓ ਜ਼ਰੂਰ। ਵੋਇਸ ਨੋਟ ਉਹਨਾਂ ਨੇ ਇੰਗਲਿਸ਼ 'ਚ ਭੇਜਿਆ ਕਿਉਂਕਿ ਸਿਰਫ ਉਹਨੂੰ ਇੰਗਲਿਸ਼ ਹੀ ਆਉਂਦੀ ਆ। ਗ੍ਰੀਟਿੰਗ ਫਰੋਮ ਆਂਧਰ ਪ੍ਰਦੇਸ਼ ਡੀਅਰ ਫਰੈਂਡਸ, ਆਈ ਐਮ ਸਤੀਸ਼, ਆਈ ਐਮ ਏ ਹਾਰਸ ਰਾਈਡਰ ਐਂਡ ਆਲਸੋ ਆਈ ਐਮ ਏ ਹਾਰਸ ਲਵਰ ਮੋਸਟਲੀ। ਆਈ ਬਰੋਟ ਸੁਰਜਣ ਹਾਰਸ ਫਰੋਮ Punjab 2 years ago, and all the time I take care Surjan with good food and everything, and I love
Surgeon horse, and Surgeon horse very much good behavior and riding and raval chal and gallop and everything very good and perfect. And when I ride this horse, always I am very much enjoying with riding and good looking and good pictures. Also lots of people taking good pictures with this horse, and really I thankful to Surgeon horse owner. Really thank you.